ਸ਼ਬਦਾਵਲੀ ਨਵਜੋਤ ਸਿੱਧੂ ਨੇ ਆਪਦੀ ਘਰ ਦੀ ਲਈ ਵਰਤੀ ਹੈ, ਮੈਂ ਉਹਦੀ ਨਿਖੇਧੀ ਕਰਦਾ। ਧੀ ਭੈਣਾਂ ਸਾਰਿਆਂ ਦੀ ਸਤਿਕਾਰਯੋਗ ਹੈ, ਇਹੋ ਜਿਹੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ। ਉਦੋਂ ਭਾਪੇ ਦਾ ਸਫ਼ਰ ਤੈਅ ਕਰ ਜਾਂਦੇ ਆ, ਮੰਮੀ ਤੋਂ ਮੰਮੀ ਦਾ ਸਫ਼ਰ ਤੈਅ ਕਰ ਸਕਦੇ, ਧੀ ਮੌਕਾ ਪ੍ਰਸਤਾ ਨਾਲ ਕੋਈ ਏਡਾ ਫਰਕ ਨਹੀਂ। ਬੀਪੀ ਜੀ ਦੇ ਬਾਰੇ ਤਾਂ ਮੈਂ ਕੀ ਕਹਿਣਾ ਚਾਹੁੰਦਾ। ਪਹਿਲਾਂ ਤਾਂ ਮੈਂ ਜੋ ਸ਼ਬਦਾਵਲੀ ਨਵਜੋਤ ਸਿੱਧੂ ਨੇ ਆਪਦੀ ਘਰ ਦੀ ਲਈ ਵਰਤੀ ਹੈ, ਮੈਂ ਉਹਦੀ ਨਿਖੇਧੀ ਕਰਦਾ। ਧੀ ਭੈਣਾਂ ਸਾਰਿਆਂ ਦੀ ਸਤਿਕਾਰਯੋਗ ਹੈ, ਇਹੋ ਜਿਹੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ। ਸੁਭਾਵਿਕ ਹੈ ਥੋੜਾ ਡਿਸਟਰਬ ਹੋਣੇ, ਕਿਉਂਕਿ ਇਹ ਜੀ ਇੱਕ ਸ਼ਬਦਾਵਲੀ ਕੋਈ ਐਕਸਪੈਕਟ ਨਹੀਂ ਕਰਦਾ। ਉਹ ਕਿਹਨੂੰ ਚੈਲੰਜ ਦਿੰਦੇ ਨਹੀਂ ਚੈਲੰਜ ਦਿੰਦੇ, ਪਹਿਲਾਂ ਤਾਂ ਰਾਹੁਲ ਗਾਂਧੀ ਦਾ ਚੈਲੰਜ ਦਾ ਫੈਸਲਾ ਕਰਨਾ, ਉਹਨੇ ਟਿਕਟ ਜਿਹੜਾ ਨਹੀਂ ਦਿੱਤੀ ਸਾਨੂੰ, ਕੀ ਇਹ ਜੇ ਗੱਲਾਂ ਦਾ ਜਵਾਬ ਦਿੱਤਾ। ਜਿਹੜਾ ਪਾਕਿਸਤਾਨ ਦਾ ਸਾਥ ਦੇਵੇ ਤੁਹਾਨੂੰ ਕੀ ਲੱਗਦਾ ਉਹਦੇ ਨਾਲ ਕੀ ਫਰਕ ਪੈਣਾ? ਮੌਕਾ ਪ੍ਰਸਤਾ ਦੇ ਨਾਲ ਕੋਈ ਫਰਕ ਪੈਣਾ ਜੀ? ਜਿਹੜਾ ਪੱਪੂ ਤੋਂ ਭਾਪੇ ਦਾ ਸਫ਼ਰ ਤੈਅ ਕਰ ਜਾਂਦੇ ਆ, ਮੰਮੀ ਤੋਂ ਮੰਮੀ ਦਾ ਸਫ਼ਰ ਤੈਅ ਕਰ ਸਕਦੇ, ਕੀ ਮੌਕਾ ਪ੍ਰਸਤਾ ਨਾਲ ਕੋਈ ਏਡਾ ਫਰਕ ਹੈ? ਕਰ ਲੈਣਗੇ ਜੀ, ਕਿਉਂਕਿ 10-5 ਡੋਰ ਹੀ ਆ ਜਿਹੜੇ ਉਹਨਾਂ ਨੇ ਖੜਕਾਉਣੇ ਆ, ਕੋਈ ਲੰਮਾ ਕੰਮ ਹੈ ਨੀ ਉਹਨਾਂ ਲਈ। ਆਪ ਦਾ ਡੋਰ ਹੀ ਨੀ ਖੁੱਲਣਾ ਉਹਨਾਂ ਦਾ, ਤੇ ਦੂਜੇ ਦੇ ਡੋਰ ਤੇ ਕੀ ਕਰਦੇ ਹੈ ਜੀ? ਉਹ ਇਲੈਕਸ਼ਨ ਤੋਂ ਪਹਿਲਾਂ ਸਮੇਂ ਨਾਲ ਲਾਣੇ ਜਾਣੇ ਕਾਲੇ ਨਾ ਪਾਓ ਤੁਸੀਂ ਹੈ ਜੀ। ਇਹ ਤੁਹਾਡਾ ਧੰਨਵਾਦ ਹੈ ਜੀ, ਤੁਸੀਂ ਚਰਚਾ ਕਰਾਉਂਦੇ ਹੋ ਮੇਰੀ, ਮਗਰ ਉਦੋਂ ਟਿਕਟ ਲਾਣੀ ਜਾਂਦੀ ਹੈ, ਮੇਰਾ ਕੰਮ ਰਹਿ ਜਾਂਦਾ। ਮੇਰਾ ਤੇ ਬੀਬੀ ਸਿੱਧੂ ਵਾਲਾ ਬਰਾਬਰ ਜਿਹਾ ਹੀ ਹਾਲ ਹੈ ਜੀ। ਬੜੇ ਆਉਣਗੇ ਜੀ ਸੰਪਰਕ ਚ, ਕਿਉਂਕਿ ਇਹ ਗੱਲ ਮੈਂ ਨੀ, ਪੀਪੀਸੀਸੀ ਦੇ ਤਿੰਨ ਪ੍ਰਧਾਨ ਸਾਬਕਾ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਕੇਪੀ, ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਨੇ ਕੇਵਲ ਟਿਕਟਾਂ ਵੇਚੀਆਂ ਨਹੀਂ, ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਕੀਤਾ। ਅੱਜ ਭਾਵੇਂ ਦਲਿਤ ਵਰਗ ਹੈ, ਬੈਕਵਰਡ ਕਲਾਸ ਹੈ, ਨੌਜਵਾਨ ਹੈ, ਕਿਸਾਨ ਹੈ, ਹਰੇਕ ਨਾਲ ਧੋਖਾ ਤੇ ਠੱਗੀ ਵੱਜੀ ਹੈ ਅੱਡ ਅੱਡ ਮੁੱਦਿਆਂ ਤੇ। ਇਹ ਸਾਰੀ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਤੱਕ ਕਾਂਗਰਸੀ ਆਪ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਚੈਲੰਜ ਕਰ ਰਹੇ ਕਾਂਗਰਸ ਪਾਰਟੀ ਨੂੰ। ਦੇਖੋ, ਮੈਂ ਤਾਂ ਬੜੇ ਚਿਰ ਦਾ ਕਹਿੰਦਾ ਸੀ ਕਿ ਇਹ ਜਿਹੜੇ ਲੋਕ ਨੇ ਟਕਸਾਲੀ ਨੇ, ਇਹ ਜਾਲੀ ਨੇ, ਤੇ ਕੰਮ ਵੀ ਜਾਲੀ ਵਾਲਾ ਹੀ ਕੀਤਾ। ਆਪ ਪਹਿਲਾਂ ਦੇਖੋ, ਕੋਈ ਜਰਨੈਲ ਆਪ ਫੌਜ ਨੂੰ ਲੀਡ ਕਰਦਾ, ਇਹ ਲੀਡਰਾਂ ਨੇ ਪਹਿਲਾਂ ਆਪ ਇਲੈਕਸ਼ਨ ਨਹੀਂ ਲੜੀਆਂ, ਆਪ ਲੜਨ ਅੱਗੇ ਨਹੀਂ ਆਏ। ਇਹਨਾਂ ਦੀ ਪਹਿਲਾਂ ਤੋਂ ਜਿਵੇਂ ਕਾਂਗਰਸ ਇਸ਼ਾਰਾ ਕਰ ਰਹੀ ਸੀ, ਉਸ ਇਸ਼ਾਰੇ ਤੇ ਚੱਲ ਰਹੇ ਸੀ, ਉਹ ਵਿਚਾਰੇ ਜਰਨਲ ਨੂੰ ਲੈ ਆਏ। ਇਹ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਜਾਂ ਦੇਸ਼ ਦੇ ਬਹਾਦਰ ਜਰਨੈਲ ਕਦੇ ਮੈਦਾਨ ਛੱਡ ਕੇ ਭੱਜੇ ਨਹੀਂ, ਮਗਰ ਉਹਦੇ ਹਾਲਾਤ ਵੀ ਏਡੇ ਪਤਲੇ ਬਣਾ ਤੇ ਕਿ ਉਸ ਜਰਨੈਲ ਨੂੰ ਵੀ, ਵਿਚਾਰੇ ਨੂੰ ਮੈਂ ਉਹਨਾਂ ਦਾ ਸਤਿਕਾਰ ਕਰਦਾ, ਮਗਰ ਚੋਣ ਮੈਦਾਨ ਛੱਡ ਕੇ ਭੱਜਣਾ ਪੈ ਗਿਆ, ਤੇ ਉਹ ਵੀ ਇਹਨਾਂ ਜਾਲੀ ਦੀ ਹਰਕਤਾਂ ਕਰਕੇ ਜੋ ਕਾਂਗਰਸ ਦੇ ਇਸ਼ਾਰੇ ਤੇ ਨੱਚ ਰਹੇ ਸਨ। ਅੱਜ ਮੈਂ ਫੇਰ ਕਹਿੰਦਾ ਕਿ ਕਾਂਗਰਸ ਦੇ ਇਸ਼ਾਰੇ ਤੇ ਹੀ ਸਭ ਕੁਝ ਹੋਇਆ, ਕਿਉਂਕਿ ਕਾਂਗਰਸ ਨੇ ਫੰਡਿੰਗ ਰੋਕਤੀ, ਕਾਂਗਰਸ ਨੇ ਲੋਕਾਂ ਨੇ ਥੱਲੇ ਗਰਾਊਂਡ 'ਚ ਸਪੋਰਟ ਛੱਡਤੀ, ਤੇ ਅੱਜ ਇਹ ਮਜਬੂਰ ਹੋ ਗਏ। ਜਦ ਆਪਦੀ ਗਰਾਊਂਡ ਸਪੋਰਟ ਵੇਖੀ ਕਿ ਬਿਲਕੁਲ ਹੀ ਖੁਸ਼ ਗਈ ਹੈ, ਤੇ ਇਹਨਾਂ ਨੂੰ ਦਿੱਲੀ ਗੱਲ ਕਰਨੀ ਪਈ ਰਾਹੁਲ ਗਾਂਧੀ ਦੇ ਦਫ਼ਤਰ 'ਚ, ਤੇ ਉੱਥੋਂ ਜੋ ਇਸ਼ਾਰਾ ਹੋਇਆ ਉਹ ਫੈਸਲਾ ਹੋ ਗਿਆ। ਮਗਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਸੀ ਉਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਕਾਂਗਰਸ ਦੀ 20 ਟੀਮ ਦੇ ਚਿਹਰੇ ਨੰਗੇ ਹੁੰਦੇ ਜਾ ਰਹੇ। ਸਿੱਧੂ ਪਰਿਵਾਰ ਕੰਪੇਨਿੰਗ ਤੇ ਆ ਰਿਹਾ ਵਾ ਮੈਦਾਨ ਚ, ਸਿੱਧੂ ਪਰਿਵਾਰ ਕੰਪੇਨਿੰਗ ਤੇ ਆ ਰਿਹਾ ਵਾ ਪ੍ਰਚਾਰ ਵਾਸਤੇ, ਉਹਦਾ ਫਰਕ ਇਹ ਬੜੀ ਦੁੱਖ ਦੀ ਗੱਲ ਹੈ ਜੀ ਕਿ 100 ਸਾਲਾ ਜਲਿਆਂਵਾਲਾ ਬਾਗ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਐਂਡ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿੰਦਾ ਕਿ ਅਸੀਂ ਆਪੋਜੀਸ਼ਨ ਦੇ ਮੈਂਬਰ ਹਾਂ, ਸਾਨੂੰ ਵੀ ਡਿਊ ਕੱਟ ਸੀ, ਡਿਊ ਇਨਵਾਈਟ, ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਪੰਜਾਬ ਸਰਕਾਰ ਦੀ, ਉਹ ਨਹੀਂ ਨਿਭਾਈ ਗਈ। ਔਰ ਕਿਸੇ ਤਰੀਕੇ ਨਾਲ ਕਿਸੇ DC ਸਾਹਿਬ ਨੇ, ਜਿਹੜੇ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ, ਸਾਡੇ ਨਾਲ ਵੀ ਨਹੀਂ ਕੋਆਰਡੀਨੇਟ ਕੀਤਾ, ਤੇ ਕੈਪਟਨ ਅਮਰਿੰਦਰ ਸਿੰਘ ਤੋਂ ਤਾਂ ਇਹੋ ਜਿਹੀ ਆਸ ਹੀ ਰੱਖੀ ਜਾ ਸਕਦੀ ਸੀ
ਕਿ ਏਡੇ ਸੋਲਮ ਓਕੇਜ਼ਨ ਤੇ ਵੀ ਦੇਸ਼ ਦੇ ਉਪ ਰਾਸ਼ਟਰਪਤੀ ਆਏ ਹੋਏ ਹੋਣ ਇਸ ਮੌਕੇ ਤੇ ਉਹਨਾਂ ਦਾ ਸਾਥ ਦੇਣ ਦੀ ਜਗ੍ਹਾ ਉੱਥੇ ਵੀ ਰਾਜਨੀਤੀ ਸ਼ੁਰੂ ਕਰਦੀ ਹੈ, ਦੁੱਖ ਦੀ ਗੱਲ ਹੈ।